ਸਤਿ ਸ਼੍ਰੀ ਅਕਾਲ, ਮੈਂ ਜਸਪ੍ਰੀਤ ਕੌਰ, ਤੁਸੀਂ ਦੇਖ ਰਹੇ ਹੋ ਜੇਬੀਡੀ ਟੀਵੀ। ਗਿੱਪੀ ਗਰੇਵਾਲ, ਪ੍ਰਿੰਸ ਕਵਲਜੀਤ ਸਿੰਘ, ਜੈਸਮੀਨ ਪਸੀਨ, ਰਾਹੁਲ ਦੇਵ ਤੇ ਧੀਰਜ ਕੁਮਾਰ ਸਟਾਰ ਫਿਲਮ ਵਾਰਨਿੰਗ 2 ਅੱਜ ਜਾਨੀ 2 ਫਰਵਰੀ ਨੂੰ ਰਿਲੀਜ਼ ਹੋ ਗਈ ਹੈ। ਇਸ ਤੋਂ ਪਹਿਲਾਂ ਹੀ ਫਿਲਮ ਦਾ ਪਹਿਲਾ ਰਿਵਿਊ ਵੀ ਸਾਹਮਣੇ ਆ ਗਿਆ ਹੈ। ਗਿੱਪੀ ਗਰੇਵਾਲ ਨੇ ਫਿਲਮ ਦੀ ਸਪੈਸ਼ਲ ਸਕਰੀਨਿੰਗ ਰੱਖੀ ਸੀ, ਜਿਸ ਵਿੱਚ ਉਹਨਾਂ ਨੇ ਪੰਜਾਬੀ ਕਲਾਕਾਰ ਅਤੇ ਮੀਡੀਆ ਨੂੰ ਬੁਲਾਇਆ ਸੀ। ਫਿਲਮ ਦੇਖਣ ਤੋਂ ਬਾਅਦ ਹਰ ਕੋਈ ਇਸ ਦੀ ਤਾਰੀਫ ਕਰ ਰਿਹਾ ਹੈ। ਸਰਗੁਣ ਮਹਿਤਾ ਨੇ ਕਿਹਾ ਕਿ ਇਹ ਫਿਲਮ ਬਿਲਕੁਲ ਹੀ ਨੈਕਸਟ ਲੈਵਲ ਦੀ ਫਿਲਮ ਹੈ। ਹਿਮਾਂਸ਼ੀ ਖੁਰਾਨਾ ਨੇ ਫਿਲਮ ਦੀ ਤਾਰੀਫ ਕਰਦਿਆਂ ਕਿਹਾ ਕਿ ਕਿਤੇ ਵੀ ਇਸ ਦਾ ਸਕਰੀਨ ਪਲੇ ਟੁੱਟਦਾ ਹੋਇਆ ਨਜ਼ਰ ਨਹੀਂ ਆਉਂਦਾ ਤੇ ਜਿੱਥੇ ਸਕਰੀਨ ਪਲੇ ਟੁੱਟਦਾ ਹੈ ਉਹ ਫਿਲਮ ਬੋਰ ਲੱਗਣ ਲੱਗ ਪੈਂਦੀ ਹੈ, ਪਰ ਇਹ ਫਿਲਮ ਤੁਹਾਨੂੰ ਬੰਨ ਕੇ ਬਿਠਾ ਲੈਂਦੀ ਹੈ। ਇਸ ਤੋਂ ਇਲਾਵਾ ਹਰ ਕੋਈ ਇਸ ਫਿਲਮ ਦੀ ਤਾਰੀਫ ਕਰ ਰਿਹਾ ਹੈ। ਇਹ ਫਿਲਮ ਜਾਨੀ ਕਿ ਅੱਜ 2 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਹੈ ਤੇ ਤੁਸੀਂ ਇਸ ਫਿਲਮ ਨੂੰ ਵੇਖਣ ਲਈ ਕਿੰਨੇ ਐਕਸਾਈਟਡ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ। ਹੋਰ ਅਪਡੇਟਸ ਲਈ ਬਣੇ ਰਹੋ ਜੇਬੀਡੀ ਟੀਵੀ ਨਾਲ।